ਅੱਛਾ ਜੀ, ਦੁਪਹਿਰ ਦਾ ਜੀ ਟਾਈਮ ਆ ਅਤੇ ਅੰਮੀ ਜੀ ਪਕਾਉਣ ਲੱਗੇ ਆ ਜੀ ਗੁੜ ਵਾਲੀਆਂ ਮਿੱਠੀਆਂ ਰੋਟੀਆਂ। ਜਦੋਂ ਬਾਰਿਸ਼ਾਂ ਹੋਣ ਨਾ ਤਾਂ ਫਿਰ ਗੁੜ ਵਾਲੀਆਂ ਜਿਹੜੀਆਂ ਰੋਟੀਆਂ ਨਾ ਲਾਜ਼ਮੀ ਪਕਾਉਣੀਆਂ ਚਾਹੀਦੀਆਂ। ਅਤੇ ਅੰਮੀ ਹਰ ਸਾਲ ਪਕਾਉਂਦੇ ਆ ਅਤੇ ਲੱਗਦਾ ਇਹਨਾਂ ਨੇ ਨਾ ਪਹਿਲੇ ਪਕਾ ਕੇ ਖਾ ਲਈਆਂ ਸੀ। ਮੈਂ ਕਿਹਾ ਹੁਣ ਸਾਨੂੰ ਵੀ ਪਕਾ ਕੇ ਦਿਓ ਨਾ, ਗੁੜ ਵਾਲੀਆਂ ਰੋਟੀਆਂ ਬੜੀਆਂ ਮਜ਼ੇ ਦੀਆਂ ਹੁੰਦੀਆਂ ਵਾ, ਬੜੀਆਂ ਸੋਹਣੀਆਂ ਮੇਰੀ ਅੰਮੀ ਰੋਟੀਆਂ ਪਕਾਉਂਦੀ ਆ ਅਤੇ ਬੜਾ ਮਜ਼ਾ ਆਉਂਦਾ ਖਾਣੇ ਦਾ। ਨਾਲ ਅੰਬ ਦਾ ਅਚਾਰ ਹੋਵੇ ਅਤੇ ਗੁੜ ਵਾਲੀ ਮਿੱਠੀ ਰੋਟੀ ਹੋਵੇ ਅਤੇ ਹਾਂਜੀ ਉੱਪਰ ਮੱਖਣ ਲਗਾਇਆ ਹੋਵੇ ਅਤੇ ਆਇਆ ਹੋਇਆ ਹੈ, ਕਿਆ ਕਹਿਣੇ ਆ ਜੇ। ਕਿਸ ਭੈਣ ਭਰਾ ਨੇ ਖਾਣੀਆਂ ਹੋਣ ਨਾ ਦੇਸੀ ਰੋਟੀਆਂ ਸਾਡੀਆਂ ਅਤੇ ਆ ਕੇ ਖਾ ਸਕਦੇ ਹੋ। ਅਤੇ ਅੰਮੀ ਹੁਣ ਨਾ ਆਟਾ ਗੁੰਨ ਰਹੇ ਆ ਅਤੇ ਉਹ ਗੁੜ ਵਾਲਾ ਪਾਣੀ ਆ ਜੀ, ਗੁੜ ਨੂੰ ਨਾ ਪਾਣੀ 'ਚ ਭਿਗੋ ਕੇ ਰੱਖ ਦਈਦਾ ਆ। ਸੁਬਹਾ ਦਾ ਪਾਣੀ 'ਚ ਭਿਗੋ ਕੇ ਰੱਖਿਆ ਹੋਇਆ ਸੀਗਾ ਅਤੇ ਫਿਰ ਉਹ ਗੁੜ ਜਿਹੜਾ ਹੈ ਨਾ ਅੱਛੀ ਤਰ੍ਹਾਂ ਨਾਲ ਮਿਕਸ ਹੋ ਜਾਂਦਾ ਵਾ, ਉਹਦੀਆਂ ਢੇਲੀਆਂ ਖਤਮ ਹੋ ਜਾਂਦੀਆਂ ਅਤੇ ਫਿਰ ਆਪਣਾ ਉਹਨੂੰ ਪਾਣੀ ਦੇ ਨਾਲ ਭੁੰਨ ਲਈਦਾ ਵਾ ਪਾਣੀ ਨੂੰ, ਅਤੇ ਫਿਰ ਉਹਦਾ ਆਟਾ ਜਿਹੜਾ ਹੈ ਨਾ ਗੁੰਨ ਲਈਦਾ ਵਾ, ਕਣਕ ਦਾ ਆਟਾ ਗੰਦਮ। ਹਾਂਜੀ ਮਿੱਠੀਆਂ ਰੋਟੀਆਂ ਪਰਾਂਠੇ ਜੰਝਦੀਆਂ। ਹਾਂਜੀ ਮੋਇਜ਼ ਕਹਿੰਦਾ ਪਰਾਂਠੇ ਜੰਝਦੀਆਂ। ਹਾਂਜੀ ਬੇਟਾ, ਇਹ ਭਾਵੇਂ 8 ਦਿਨ ਵੀ ਗੁੜ ਵਾਲੀਆਂ ਰੋਟੀਆਂ ਪਈਆਂ ਰਹਿਣ ਤਾਂ ਖਰਾਬ ਨਹੀਂ ਹੁੰਦੀਆਂ, ਜਿੱਦਾਂ ਮਰਜ਼ੀ ਖਾਈ ਚਲੋ ਗੁੜ ਵਾਲੇ। ਹਾਂਜੀ ਅੱਛਾ ਮੰਮੀ, ਉਹ ਆਟਾ ਉਹਦਾ ਪਾਣੀ ਵੀ ਅਤੇ ਰੋਟੀਆਂ ਵੀ ਤਾਂ ਨਹੀਂ ਖਰਾਬ ਹੁੰਦੀਆਂ। ਹਾਂਜੀ ਮੌਸਮ ਵੀ ਚੇਂਜ ਹੋ ਗਿਆ ਹੋਇਆ ਅਤੇ ਅੰਮੀ ਬੜੇ ਮਜ਼ੇ ਦੀਆਂ ਪਕਾਉਂਦੇ ਆ। ਅਤੇ ਅਸੀਂ ਤੁਹਾਡੇ ਨਾਲ ਅਗਲਾ ਸੀਨ ਜਿਹੜਾ ਹੈ ਨਾ ਉਹ ਵੀ ਸ਼ੇਅਰ ਕਰਾਂਗੇ। ਵੋਇਸ ਨਾ ਕਰੋ, ਫੁੱਫਾ ਬਣਾਉਂਦੇ ਆ ਮਿੱਠੇ ਪੂੜੇ, ਉਹ ਓਇਲ 'ਚ ਸਰਸੋਂ ਦੇ ਤੇਲ 'ਚ ਬਣਾਉਂਦੇ ਆ, ਲੇਕਿਨ ਉਹ ਫਿਰ ਨਾ ਸਖਤ ਹੋ ਜਾਂਦੇ ਆ ਅਤੇ ਉਹ ਤਾਂ ਦੰਦਾਂ ਦਾਣਾ ਵਾਲਾ ਹੀ ਬੰਦਾ ਖਾ ਸਕਦਾ ਵਾ, ਜਿਸ ਬੰਦੇ ਦੀਆਂ ਦਾਣਾ ਕੋਈ ਨਹੀਂ ਉਹ ਨਹੀਂ ਖਾ ਸਕਦਾ ਉਹਨਾਂ ਨੂੰ। ਅਤੇ ਇਹ ਜਿਹੜੀਆਂ ਮਿੱਠੀਆਂ ਰੋਟੀਆਂ ਹੁੰਦੀਆਂ ਵਾ ਇਹ ਤਾਂ ਸਿਆਣਾ ਬੰਦਾ ਵੀ ਖਾ ਸਕਦਾ। ਪਤਾ ਨਹੀਂ ਉਹ ਸਰੋਂ ਦੇ ਤੇਲ 'ਚ ਫੁੱਫੋ ਜੀ ਜਦੋਂ ਤਲਦੇ ਆ ਤਾਂ ਉਹ ਫਿਰ ਹੋ ਜਾਂਦੇ ਸਖਤ। ਹਾਂਜੀ ਇਹ ਦੇਖੋ ਜੀ ਇਸ ਤਰ੍ਹਾਂ ਆਟਾ ਗੁੰਨ ਲੈਂਦੇ ਹਾਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਅੱਛਾ ਜੀ ਅੰਮੀ ਰੋਟੀਆਂ ਪਕਾਉਣ ਲੱਗ ਗਏ ਆ ਅਤੇ ਇਹ ਜੀ ਆਟਾ ਵਾ ਸਾਡਾ ਮਿੱਠਾ ਗੁੱਝਿਆ ਹੋਇਆ ਅਤੇ ਕਾਫੀ ਦੇਰ ਅਸੀਂ ਇਹਨੂੰ ਗੁੰਨ ਕੇ ਰੱਖਿਆ ਵਾ, ਮਾਸ਼ਾਅੱਲਾ ਸੈੱਟ ਹੋ ਗਿਆ ਵਾ। ਅਤੇ ਹੁਣ ਅੰਮੀ ਜੀ ਇਹ ਦੇਖੋ ਜੀ ਇਸ ਤਰ੍ਹਾਂ ਪੇੜਾ ਬਣਾਉਂਦੇ ਆ, ਇਹ ਦੇਖੋ ਅੰਮੀ ਜੀ ਬੈਠੇ ਹੋਏ। ਅੰਮੀ ਜੀ ਦੀ ਖੁਦ ਤਬੀਅਤ ਇੰਨੀ ਜ਼ਿਆਦਾ ਖਰਾਬ ਆ, ਅੱਖਾਂ ਬਹੁਤ ਜ਼ਿਆਦਾ ਖਰਾਬ ਆ ਅਤੇ ਫਿਰ ਵੀ ਆਪਣੇ ਬੱਚਿਆਂ ਵਾਸਤੇ ਨਾ ਲੱਗੇ ਹੋਏ ਆ ਰੋਟੀ ਪਕਾਉਣ। ਇਹ ਦੇਖੋ ਇਹ ਇੱਕ ਰੋਟੀ ਜਿਹੜੀ ਹੈ ਨਾ ਆਹ ਪਕਾ ਲਈ ਆ ਅਤੇ ਇੱਕ ਇਹ ਵੀ ਪੱਕ ਵੀ ਉਤਾਰਦਾ ਅੰਮੀ ਜੀ। ਅੱਛਾ ਜੀ ਇਹਨਾਂ ਦਾ ਟੇਸਟ ਜਿਹੜਾ ਹੈ ਨਾ ਤੁਸੀਂ ਚੈੱਕ ਕਰੋ, ਖੁਸ਼ਬੂ ਇੰਨੀ ਪਿਆਰੀ ਆਉਂਦੀ ਹੈ ਨਾ, ਬਹੁਤ ਪਿਆਰੀ ਆਉਂਦੀ ਹੈ। ਇਹਦੇ ਨਾਲ ਹੁਣ ਅਸੀਂ ਅਚਾਰ ਲਵਾਂਗੇ ਅਤੇ ਮੱਖਣ ਲਵਾਂਗੇ ਅਤੇ ਫਿਰ ਖਾਵਾਂਗੇ। ਅਤੇ
ਤਰ੍ਹਾਂ ਅੰਮੀ ਜੀ ਨੇ ਪਕਾ ਲੈਣੀ ਆ। ਵੈਸੇ ਪਹਿਲੇ ਤਾਂ ਅੰਮੀ ਜੀ ਨਾ, ਹੁਣ ਤਾਂ ਤਬੀਅਤ ਨਹੀਂ ਠੀਕ ਹੈਗੀ, ਨਹੀਂ ਤਾਂ ਅੰਮੀ ਜੀ ਇਹ ਚੁੱਲ੍ਹਾ ਜਿਹੜਾ ਅੱਗ ਵਾਲਾ ਨਾ, ਇੱਥੇ ਪਕਾ ਲੈਂਦੇ ਹੁੰਦੇ ਸੀਗੇ। ਅਤੇ ਪਹਿਲੇ ਤਾਂ ਆਟਾ ਵੀ ਹੋਰ ਹਿਸਾਬ ਦਾ ਹੁੰਦਾ ਸੀ ਅਤੇ ਗੁੜ ਵੀ ਹੋਰ ਹਿਸਾਬ ਦਾ ਹੁੰਦਾ ਸੀ, ਪੱਕ ਜਾਂਦੀਆਂ ਹੁੰਦੀਆਂ ਸੀ। ਹੁਣ ਨਾ ਗੁੱਡੀਆਂ ਸੋਹਣੀਆਂ ਨਾ ਖਾਸ ਪੱਕਦੀਆਂ ਨਹੀਂ ਹੈਗੀਆਂ, ਅਤੇ ਇਸ ਕਰਕੇ ਅੰਮੀ ਨੇ ਹੁਣ ਗੈਸ 'ਤੇ ਬਸ ਤਵਾ ਰੱਖਿਆ ਹੋਇਆ, ਇੱਥੇ ਪਕਾਉਂਦੇ ਪਏ ਤਾਂ ਕਿ ਅੰਮੀ ਜੀ ਦੀ ਤਬੀਅਤ ਜਿਹੜੀ ਹੈ ਨਾ ਬਹੁਤ ਖਰਾਬ ਆ। ਅਤੇ ਇਹਦੇ 'ਤੇ ਹੁਣ ਤੁਹਾਨੂੰ ਅਸੀਂ ਮੱਖਣ ਲਗਾ ਕੇ ਤਾਂ ਦਿਖਾਉਂਦੇ ਹਾਂ। ਮੱਝ ਦਾ ਖਾਲਸ ਮੱਖਣ ਆ ਜੀ, ਅਤੇ ਅਚਾਰ ਉਹ ਬਿਸਮਿਲਾ ਕਰਾਂ। ਇਸ ਤਰ੍ਹਾਂ ਅਸੀਂ ਮੱਖਣ ਲਗਾ ਲੈਣਾ। ਚਿਮਟਾ ਲਓ, ਹੈਲੋ ਜੀ, ਪਹਿਲੇ ਅੰਮੀ ਜੀ ਸਾਈਡਾਂ 'ਤੇ ਨਾ ਦੂਸਰਾ ਘੀ ਲਗਾਉਂਦੀ ਆ ਡਾਲਟਾ, ਅਤੇ ਫਿਰ ਅਸੀਂ ਜਦੋਂ ਪੱਕ ਜਾਂਦੀ ਤਾਂ ਫਿਰ ਮੱਖਣ ਲਾਉਂਦੇ ਹਾਂ। ਜਦੋਂ ਰੋਟੀ ਪੱਕਦੀ ਹੈ ਨਾ ਤਾਂ ਬਹੁਤ ਪਿਆਰੀ ਖੁਸ਼ਬੂ ਆਉਂਦੀ ਹੈ। ਇਸ ਤਰ੍ਹਾਂ ਹੀ ਤਕਰੀਬਨ ਅਸੀਂ ਸਾਰੀਆਂ ਰੋਟੀਆਂ ਪਕਾਉਣੀਆਂ ਵਾ। ਜਦੋਂ ਛੋਟੇ ਹੁੰਦੇ ਬੜੇ ਖੁਸ਼ ਹੋ ਕੇ ਖਾਂਦੇ ਹੁੰਦੇ ਸੀ, ਮੰਮੀ ਨੇ ਗੁੜ ਵਾਲੀਆਂ ਰੋਟੀਆਂ ਪਕਾਈਆਂ ਵਾ। ਮੈਨੂੰ ਵੀ ਬਹੁਤ ਪਸੰਦ ਆ ਮੰਮੀ। ਸਮਾ ਵੀ ਇਹਦੀਆਂ ਕੁਛ ਸਾਰੀਆਂ ਹਰਕਤਾਂ ਮੇਰੇ ਵਾਲੀਆਂ ਹੀ ਆ ਮਿੱਠੀਆਂ। ਅੱਛਾ, ਸਾਰੀਆਂ ਨੇ ਬਹੁਤ ਪਿਆਰ ਕਰਦਾ ਜਾਸੀ ਨੂੰ, ਉਹਨੇ ਕਮੀਜ਼ ਨਹੀਂ ਛੱਡਣੀ। ਹਾਂਜੀ, ਤੇ ਅੱਛਾ ਜੀ, ਮੇਰੀ ਜਾਨ ਨਹੀਂ ਦਿੰਦੇ। ਅੱਛਾ ਜੀ, ਮੇਰੀ ਅੰਮੀ ਤਾਂ ਦੂਰ 'ਤੇ ਵੀ ਰੋਟੀਆਂ ਬਹੁਤ ਪਿਆਰੀਆਂ ਪਕਾਉਂਦੀ ਹੈ, ਲੇਕਿਨ ਹੁਣ ਅੰਮੀ ਦੀ ਮਜਬੂਰੀ ਹੈ, ਪਕਾ ਨਹੀਂ ਸਕਦੇ, ਨਹੀਂ ਤਾਂ ਉਹ ਵੀ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਨੀ ਸੀਗੀ। ਅੰਮੀ ਜੀ ਨੇ ਨਮਕੀਨ ਰੋਟੀਆਂ ਪਕਾਉਂਦੇ ਨਾ, ਅਤੇ ਫਿਰ ਅਸੀਂ ਤੰਦੂਰ 'ਤੇ ਤੁਹਾਨੂੰ ਲਾ ਕੇ ਦਿਖਾਉਣੀਆਂ ਸੀ, ਅਤੇ ਅੰਮੀ ਜੀ ਹੁਣ ਬਹੁਤ ਮਜਬੂਰ ਆ। ਅੰਮੀ ਜੀ ਕੋਤੇ ਚੁੱਲ੍ਹੇ ਦੇ ਨਜ਼ਦੀਕ ਹੀ ਨਹੀਂ ਹੋਇਆ ਜਾਂਦਾ, ਅਤੇ ਜਿਸ ਤਰ੍ਹਾਂ ਫੁੱਫਾ ਜੀ ਨੇ ਉਸ ਦਿਨ ਨਮਕੀਨ ਪਕਾਈਆਂ ਸੀ ਨਾ, ਜਿਸ ਤਰ੍ਹਾਂ ਮੇਰੀ ਅੰਮੀ ਲਗਾ ਲੈਂਦੇ ਆ ਤੰਦੂਰ 'ਤੇ, ਉਹ ਬਹੁਤ ਮਜ਼ੇ ਦੀਆਂ ਰੋਟੀਆਂ ਆਉਂਦੀਆਂ। ਮੇਰੇ ਅੱਬੂ ਨੂੰ ਵੀ ਬਹੁਤ ਪਸੰਦ ਆ, ਅਤੇ ਲੇਕਿਨ ਅੰਮੀ ਹੁਣ ਨਹੀਂ ਪਕਾ ਸਕਦੇ। ਅਤੇ ਹਾਂਜੀ, ਅਤੇ ਜਵਾਰ ਦੀਆਂ ਰੋਟੀਆਂ ਵੀ ਮੇਰੀ ਅੰਮੀ, ਸਾਗ ਔਰ ਜਵਾਰ ਦੀਆਂ ਰੋਟੀਆਂ, ਓਏ ਹੋਏ ਹੋਏ, ਤੁਸੀਂ ਦੇਸੀ ਮੁਰਗਾ ਛੋੜ ਕੇ ਮੇਰੀ ਅੰਮੀ ਦਾ ਸਾਗ, ਮੇਰੀ ਅੰਮੀ ਦੇ ਹੱਥ ਦਾ ਸਾਗ ਅਤੇ ਮਕਈ ਦੀ ਰੋਟੀ ਖਾਣਾ ਸ਼ੁਰੂ ਕਰ ਦਿਓਗੇ, ਤੁਸੀਂ ਕਹੋਗੇ ਵੀ ਜਿਹੜਾ ਦੇਸੀ ਮੁਰਗਾ ਆ ਨਾ ਇਹਨੂੰ ਚੁੱਕ ਲਓ। ਬੜੇ ਮਜ਼ੇ ਦੀ ਪਕਾਉਂਦੀ ਹੈ ਮੇਰੀ ਅੰਮੀ ਨਾ ਸਾਗ, ਆਏ ਹਾਏ। ਅੰਮੀ ਹੁਣ ਮੌਸਮ ਚੇਂਜ ਹੋ ਗਿਆ, ਅੱਬੂ ਜੀ ਨੂੰ ਕਹਿਣਾ ਸੀਗਾ ਜਵਾਰ ਅਤੇ ਥੋੜ੍ਹੀ ਬਹੁਤੀ ਸਰਸੋਂ ਜਿਹੜੀ ਆ ਨਾ ਬੀਜ ਲੈਂਦੇ। ਅੱਛਾ, ਐਤਕੀ ਤਾਂ ਅੱਬੂ ਹੁਣਾਂ ਨੇ ਛੱਲੀਆਂ ਵੀ ਨਹੀਂ ਬੀਜੀਆਂ। ਅੱਛਾ, ਸਹੀ ਆ।
ਠੀਕ ਰੋਟੀ ਚੁੱਕਣਾ ਸ਼ੁਰੂ ਕਰਤੀ ਸੀ ਨਾ, ਆਹ ਮੱਖਣ ਲਗਾਇਆ ਫਿਰ ਨੀਚੇ ਨਾ ਮਰੋ ਬੱਚਾ ਨਾ, ਤੁਹਾਨੂੰ ਬਹੁਤ ਮਾਰ ਦਿਆ ਮੈਨੂੰ ਨਾ, ਜਦੋਂ ਬਾਰਿਸ਼ਾਂ ਪੈਂਦੀਆਂ ਨਾ ਮੈਨੂੰ ਆਪਣੀ ਮੰਮੀ ਦੇ ਹੱਥ ਦੀਆਂ ਨਾ ਰੋਟੀਆਂ ਚੇਕੇ ਆ ਜਾਂਦੀਆਂ, ਸਾਡੀ ਮੰਮੀ ਗੁੜ ਵਾਲੀਆਂ ਰੋਟੀਆਂ ਪਾਉਂਦੀ ਹੁੰਦੀ ਸੀ। ਮੋਈ ਖਾਓ ਅੱਛਾ, ਚੀਨੀ ਵਾਲੀਆਂ ਵੀ ਹੁੰਦੀਆਂ ਲੇਕਿਨ ਉਹ ਨਹੀਂ ਸੋਹਣੀਆਂ ਅੱਡੀਆਂ ਲੱਗਦੀਆਂ, ਗੁੜ ਵਾਲੀ ਜ਼ਿਆਦਾ ਸੋਹਣੀਆਂ, ਗੁੜ ਵਾਲੇ ਚਾਵਲ ਖਾ ਲਈ। ਹਾਂਜੀ ਜੀ, ਸਾਡੀ ਮੰਮੀ ਗੁੜ ਵਾਲੇ ਚਾਵਲ ਵੀ ਬੜੇ ਪਿਆਰੇ ਪਕਾਉਂਦੀ ਹੈ। ਮੋਈ ਨੇ ਇੱਕ ਦਿਨ ਮੰਮੀ ਉੱਪਰ ਕੋਲ ਪਕਵਾਏ ਸੀ ਮਿੱਠੇ ਚਾਵਲ ਚੀਨੀ ਪਾ ਕੇ, ਮੈਨੂੰ ਵੀ ਬਹੁਤ ਪਿਆਰਾ ਲੱਗਦਾ, ਮਹਿੰਗਾ ਹੀ ਪੋਤਾ ਦਾਦਕਿਆਂ ਦਾ, ਮਹਿੰਗਾ ਹੀ ਦੋਤਾ, ਮਹਿੰਗਾ ਹੀ ਦੋਤਾ ਨਾਨਕਿਆਂ ਦਾ, ਨਾਨਕਿਆਂ ਦਾ ਮਾਮੇ ਵੀ ਮਹਿੰਗੇ ਹੀ। ਅੱਛਾ ਜੀ, ਮੇਰੇ ਭਾਈ ਜਿਹੜੇ ਆ ਨਾ ਉਹ ਵੀ ਮਹਿੰਗੇ ਹੀ, ਉਹ ਵੀ ਮਹਿੰਗੇ ਹੋ। ਰੋਟੀ ਖਾ, ਅਸੀਂ ਚਾਰ ਸਿਸਟਰਾਂ, ਮਿੱਠੂ ਖਾ ਲਾ ਤੂੰ ਵੀ, ਇੱਕ ਸਾਡੇ ਚਾਰਾਂ ਭੈਣਾਂ ਤੋਂ ਛੋਟੇ ਸਾਡੇ ਦੋ ਭਾਈ ਲੈ ਮਿੱਠੂ, ਤੇ ਮੈਨੂੰ ਵੀ ਅੱਲਾਹ ਤਾਲਾ ਨੇ ਇੱਕ ਬੇਟਾ ਦਿੱਤਾ ਵਾ, ਇਹ ਵੀ ਲਾਲ ਨਾ ਹੁੰਦੀ ਉਦਾਂ ਨਹੀਂ ਹੁੰਦੀ, ਬੇਟੀਆਂ ਵੀ ਅੱਲਾਹ ਤਾਲਾ ਦੀ ਰਹਿਮਤ ਹੁੰਦੀ ਆ, ਰਲਮੀ ਮਿਲਮੀ ਹੀ ਲਾਲ ਸੋਹਣੀ ਲੱਗਦੀ ਆ, ਬੇਟੀਆਂ ਦੀ ਆਪਣੀ ਜਗ੍ਹਾ ਹੁੰਦੀ, ਬੇਟੀਆਂ ਦੀ ਆਪਣੀ ਜਗ੍ਹਾ, ਬ੍ਰਹਮਣ ਨੇ ਦੇਖ ਕੇ ਉਹਦੀ ਬੇਬੂ ਨੇ ਕਦੀ ਨਹੀਂ ਸੀ ਦੱਸਦਾ। ਹਾਂਜੀ, ਅਸੀਂ ਚਾਰ ਪਹਿਲੇ ਭੈਣਾਂ ਪੱਟੀਆਂ ਸੀ, ਜੀਰਾ ਕੀ ਖਾ ਰਹੀ ਹੋ? ਮੈਂ ਜੀ ਅੱਲਾਹ ਤਾਲਾ ਹਰ ਕਿਸੇ ਨੂੰ ਹਰ ਪੇ ਔਲਾਦ ਨੂੰ ਔਲਾਦ ਦੇਵੇ, ਨਹੀਂ ਉਹਨਾਂ ਨੇ ਕਦੀ ਨਹੀਂ ਮਿੱਠੂ ਦਿਓ। ਰਾਈ ਜੀ, ਸਾਡਾ ਇੱਡਾ ਵਲੌਗ ਸੀਗਾ, ਅਗਰ ਮੇਰੇ ਭੈਣਾਂ ਭਰਾਵਾਂ ਨੂੰ ਪਸੰਦ ਆਵੇ ਤਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਓ, ਨਾਲੇ ਸ਼ੇਅਰ ਕਰਿਓ, ਨਾਲ ਸਾਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ ਵਧੀਆ ਚਾਵਲ ਨਾਲ। ਅੱਲਾਹ ਹਾਫਿਜ਼।